उस बीजेपी के सबका मेयर ने जिहड़ा नजायज़ कब्जा हुशियारपुर रोड के उत्ते कीता होया जिहदा नोटिस मैं उहदी कॉपी तुहानूं दित्ती सी कंप्लेंट सी उहदी नोटिस की कॉपी उहदे च एक गल तो वह आप ही मन गए आप ही इस गल नूं मन गए कि तुहानूं सिर्फ मेरा ही कब्जा नज़र आउंदा ਇਹਦਾ ਮਤਲਬ ਕੀ ਸੀਗਾ ਬਈ ਮੇਰਾ ਕਬਜ਼ਾ ਤਾਂ ਹੈਗਾ ਸਿਰਫ ਮੇਰ ਹੀ ਲੱਗਦਾ ਜੇ ਮੈਂ ਜਨਤਾ ਦੀ ਆਵਾਜ਼ ਠਾਣਾ ਮੈਂ ਪਬਲਿਕ ਦੀ ਆਵਾਜ਼ ਠਾਣਾ ਜਨਤਾ ਦੀ ਆਵਾਜ਼ ਠਾਣਾ ਤੁਸੀਂ ਵੀ ਠਾਂਦੇ ਰਹੇ ਆ ਅੱਜ ਕੀ ਹੋ ਗਿਆ ਤੁਹਾਨੂੰ ਜਨਤਾ ਦੀ ਕਿਉਂ ਨਹੀਂ ਆਵਾਜ਼ ਠਾਣ ਤੁਹਾਨੂੰ 3200 ਵੋਟ ਕਿਹਨੇ ਪਾਈ ਸੀ ਉਹ ਜਨਤਾ ਨੇ ਪਾਈ ਸੀ ਦੁਬਾਰਾ ਇਲੈਕਸ਼ਨ ਲੜ ਕੇ ਦੇਖ ਲਓ ਜੇ 3200 ਤਾਂ ਵੀ 500 ਵੀ ਨਹੀਂ ਵੋਟ ਪੈਣੀ ਤੁਹਾਨੂੰ ਜਿਹੜਾ ਨੋਟਿਸ ਉਹਨੂੰ ਕੱਢਿਆ ਗਿਆ ਇਹ ਨੋਟਿਸ ਜਿਹੜਾ ਹੈਗਾ ਇਹ ਹੈਗਾ 28 ਜੂਨ ਦਾ और उन्होंने जिहड़ियां पर्चियां दिखाईयां वह 4 जुलाई और 6 जुलाई दियां दिखाईयां जिहड़े बीजेपी के सबका मेयर ने इन्हां दा नाम लैके भी हर रोज़ मंदिर में कोई ना कोई नवीं चीज़ लैके आ रहे हैं तो अज ये झूले लैके आए हैं अपनी निजी तकलीफ नूं लोकां दी तकलीफ ना दसो तुहाडी अपनी निजी तकलीफ उस गल नूं असीं समझदे हां जदों किसी दी कारवाई होनी आ तकलीफ होनी आ तुसीं कहिंदे ठेका लिया उत्थे ठेका लिया तुसीं उत्थे कोई कार बेचण दा दसो कोई गड्डियां ठेका लिया तां दसो तुसीं कोई पार्क दा झूलियां दा ठेका लिया मैनूं दसो ਜਾਂ ਤੁਸੀਂ ਸ਼ਹਿਰ 'ਚ ਕਰੋਜਮੈਂਟ ਦਾ ਕੋਈ ਠੇਕਾ ਲਿਆ ਫਿਰ ਮੇਰੇ ਨਾਲ ਗੱਲ ਕਰੋ ਮੇਰੇ ਨਾਲ ਸਿਰਫ ਸ਼ਹਿਰ ਦੀ ਬੇਟੀ ਕਮਿਸ਼ਨਰ ਗੱਲ ਕਰੇ ਜਿਹੜਾ ਜੋ ਸਾਬਕਾ ਮੇਅਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਉਹਨਾਂ ਨੇ ਜਿਹੜੀ ਪਿਛਲੇ ਹਫ਼ਤੇ ਅੱਜ ਤੋਂ 3 ਦਿਨ ਪਹਿਲਾਂ ਜਦੋਂ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਬਈ ਜਿਹੜੀ ਉਹ ਰੋਜ਼ ਇੱਕ ਨਵੀਂ ਮਨ ਘੜਤ ਕਹਾਣੀ ਬਣਾ ਕੇ ਉਹਦੇ ਵਿੱਚ 2 ਲਫ਼ਜ਼ ਜ਼ਰੂਰ ਬੋਲਦਾ ਵੀ ਫਗਵਾੜੇ ਦੇ ਵਿੱਚ ਆਹ ਹੋ ਗਿਆ ਉਹ ਹੋ ਗਿਆ ਫਗਵਾੜੇ ਦੀ ਬੇਟੀ ਐਂ ਫਗਵਾੜੇ ਦੀ ਬੇਟੀ ਉਹ ਬਈ ਤੇਰੇ ਕੋਲ ਨਹੀਂ ਜੌਬ ਕਰ ਹੁੰਦੀ ਰਿਜ਼ਾਈਨ ਕਰਦੇ ਜੇ ਉਹ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਬੋਲ ਰਿਹਾ ਸੀ ਤਾਂ ਮੈਂ ਉਸ ਵੇਲੇ ਲੋਕਾਂ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਬਈ ਇਹ ਜਿਹੜੀ ਤਕਲੀਫ ਆ ਉਹ ਤਕਲੀਫ ਸ਼ਹਿਰ ਦੀ ਨਹੀਂ ਨਿੱਜੀ ਤਕਲੀਫ ਆ ਉਸ ਬੀਜੇਪੀ ਦੇ ਸਾਬਕਾ ਮੇਅਰ ਨੇ ਜਿਹੜਾ ਨਜਾਇਜ਼ ਕਬਜ਼ਾ ਹੁਸ਼ਿਆਰਪੁਰ ਰੋਡ ਦੇ ਉੱਤੇ ਕੀਤਾ ਹੋਇਆ ਜਿਹਦਾ ਨੋਟਿਸ ਮੈਂ ਉਹਦੀ ਕਾਪੀ ਤੁਹਾਨੂੰ ਦਿੱਤੀ ਸੀਗੀ ਕੰਪਲੇਂਟ ਸੀਗੀ ਉਹਦੀ ਨੋਟਿਸ ਦੀ ਕਾਪੀ ਉਹਦੇ 'ਚ ਇੱਕ ਗੱਲ ਤਾਂ ਉਹ ਆਪ ਹੀ ਮੰਨ ਗਏ ਆਪ ਹੀ ਇਸ ਗੱਲ ਨੂੰ ਮੰਨ ਗਏ ਕਿ ਤੁਹਾਨੂੰ ਸਿਰਫ ਮੇਰਾ ਹੀ ਕਬਜ਼ਾ ਨਜ਼ਰ ਆਉਂਦਾ ਇਹਦਾ ਮਤਲਬ ਕੀ ਸੀਗਾ ਬਈ ਮੇਰਾ ਕਬਜ਼ਾ ਤਾਂ ਹੈਗਾ ਲੇਕਿਨ ਬਾਕੀ ਕਬਜ਼ੇ ਵੀ ਹੋਏ ਹੋਆ ਇਹਦਾ ਮਤਲਬ ਇਹ ਸੀ ਵੀ ਤੁਹਾਨੂੰ ਸਿਰਫ ਮੇਰਾ ਹੀ ਕਬਜ਼ਾ ਨਜ਼ਰ ਆਉਂਦਾ ਇਹ ਲਫ਼ਜ਼ ਉਹਨਾਂ ਨੇ ਬੋਲੇ ਇੱਥੇ ਤਾਂ ਉਹ ਆਪ ਹੀ ਮੰਨ ਗਏ ਵੀ ਮੈਂ ਕਿਤੇ ਨਾ ਕਿਤੇ ਨਜਾਇਜ਼ ਕਬਜ਼ ਹੈਗਾ ਆ ਔਰ ਉਹ ਨਜਾਇਜ਼ ਕਬਜ਼ ਜਿਹੜੇ ਆ ਉੱਤੇ ਕਾਰਵਾਈ ਕਾਨੂੰਨ ਅਨੁਸਾਰ ਹੋ ਜਾਣੀ ਆ ਉਹਦੇ ਕੋਈ ਦਿੱਕਤ ਨਹੀਂ ਔਰ ਦੂਸਰਾ ਉਸ ਸਾਬਕਾ ਮੇਅਰ ਬੀਜੇਪੀ ਦੇ ਆਗੂ ਨੇ ਇੱਕ ਆਪਣੀ ਉਸ ਗੱਲ ਨੂੰ ਉਹਨੇ ਚੁਠਵਾ ਦਿੱਤਾ ਕਿ ਮੈਂ ਤਾਂ ਜੀ ਹਮੇਸ਼ਾ ਗੱਡੀ ਜਿਹੜੀ ਆ ਪਾਰਕਿੰਗ ਦੇ ਵਿੱਚ ਪਰਚੀ ਕਟਵਾ ਕੇ ਮੈਂ ਗੱਡੀ ਉੱਥੇ ਪਾਰਕ ਕਰਦਾ ਔਰ 2 ਪਰਚੀਆਂ ਉਹਨੇ ਦਿਖਾਈਆਂ ਔਰ ਮੈਂ ਉਹ 2 ਪਰਚੀਆਂ ਜਿਹੜੀਆਂ ਉਹ ਤੁਹਾਨੂੰ ਮੈਂ ਦਿਖਾਉਣੀਆਂ ਚਾਹੁੰਦਾ ਕਿਉਂਕਿ ਮੈਂ ਫਿਰ ਰਿਕਾਰਡ ਕਢਵਾਇਆ ਵੀ ਉਹ 2 ਪਰਚੀਆਂ ਕਿਹੜੀਆਂ ਆ ਜਿਹੜੀਆਂ ਉਹ ਦਿਖਾ ਰਿਹਾ ਸੀ ਇਹ 2 ਪਰਚੀਆਂ ਜੀ ਆਹ 2 ਪਰਚੀਆਂ ਆ ਇਹ ਜਿਹੜੀਆਂ ਨਗਰ ਨਿਗਮ ਦੇ ਰਿਕਾਰਡ ਦੇ ਵਿੱਚ 1 ਔਰ 2 ਇਹ 4 ਜੁਲਾਈ ਔਰ 6 ਜੁਲਾਈ ਇਹ 2 ਪਰਚੀਆਂ ਆ 4 ਜੁਲਾਈ ਔਰ 6 ਜੁਲਾਈ ਦੀਆਂ ਔਰ ਜਦਕਿ ਇਹਦੇ ਉੱਤੇ ਉਹਨਾਂ ਨੇ ਜਿਹੜਾ ਗੱਡੀ ਨੰਬਰ ਲਿਖਿਆ PV09X9800 ਔਰ ਦੂਸਰਾ ਉਹਨਾਂ ਨੇ ਲਿਖਿਆ ਹੈਗਾ PV09005454 54 ਨੰਬਰ ਗੱਡੀ ਔਰ ਵੱਡੀ ਗੱਲ ਇੱਥੇ ਇਹ ਆ ਵੀ ਜਿਹੜਾ ਨੋਟਿਸ ਆ ਪਾਰਕਿੰਗ ਵਾਲਾ ਜਿਹੜਾ ਨੋਟਿਸ ਉਹਨੂੰ ਕੱਢਿਆ ਗਿਆ ਇਹ ਨੋਟਿਸ ਜਿਹੜਾ ਹੈਗਾ ਇਹ ਹੈਗਾ 28 ਜੂਨ ਦਾ ਔਰ ਉਹਨਾਂ ਨੇ ਜਿਹੜੀਆਂ ਪਰਚੀਆਂ ਦਿਖਾਈਆਂ ਉਹ 4 ਜੁਲਾਈ ਔਰ 6 ਜੁਲਾਈ ਦੀਆਂ ਦਿਖਾਈਆਂ ਹੁਣ ਨੋਟਿਸ ਜਾਂਦਾ ਹੈਗਾ ਉਸ ਪਰਚੀ ਤੋਂ ਇੱਕ ਹਫ਼ਤਾ ਪਹਿਲਾਂ ਨੋਟਿਸ ਜਾਂਦਾ ਔਰ ਉਦੋਂ ਪਹਿਲਾਂ 15 ਦਿਨ 20 ਦਿਨ ਪਤਾ ਨਹੀਂ ਕਿੰਨੇ ਦਿਨ ਹੋ ਗਏ ਸੀ ਗੱਡੀ ਖੜੀ ਨੂੰ ਨਜਾਇਜ਼ ਹੀ ਖੜੀ ਕਰਦੇ ਸੀ ਔਰ ਉਸ ਦਿਨਾਂ ਦਾ ਕੋਈ ਪਰਚੀ ਹੋਵੇ ਤਾਂ ਦਿਖਾਵੇ ਨਾ ਉਦੋਂ ਬਾਅਦ ਵਿੱਚ ਜਦੋਂ ਹੁਣ ਜਦੋਂ ਨਗਰ ਨਿਗਮ ਨੇ ਕਾਰਵਾਈ ਕਰ ਦਿੱਤੀ ਉਦੋਂ ਬਾਅਦ 'ਚ ਆਪਾਂ ਪਰਚੀ ਕਟਵਾ ਲਈ ਜਦੋਂ ਆਪਾਂ ਧੱਕੇ ਨਾਲ ਗੱਡੀ ਖੜੀ ਕਰਦੇ ਸੀ ਨਜਾਇਜ਼ ਹੀ ਉਹ ਦੱਸਿਆ ਨਹੀਂ ਆ ਨੋਟਿਸ ਦੀ ਕਾਪੀ ਮੇਰੇ ਕੋਲ ਆ ਇਹ ਉਸ ਪਰਚੀ ਕੱਟਣ ਤੋਂ 1 ਹਫ਼ਤਾ ਪਹਿਲਾਂ ਦੀ ਆ ਔਰ ਮੈਂ ਤੀਸਰਾ ਮੁੱਦਾ ਚੁੱਕਿਆ ਸੀ ਕਿ ਸਾਬਕਾ ਮੇਅਰ ਸਾਹਿਬ ਨੇ ਅਰਬਨ ਸਟੇਟ ਤੋਂ ਝੂਲੇ ਪੱਟ ਕੇ ਇੱਕ ਧਾਰਮਿਕ ਅਸਥਾਨ ਦੇ ਉੱਤੇ ਲਿਜਾ ਕੇ ਰੱਖ ਦਿੱਤੇ ਔਰ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕੀ ਕਿਹਾ ਕਿ ਇਹ ਤਾਂ ਜੀ ਉੱਥੋਂ ਦੇ ਕੌਂਸਲਰ ਨੂੰ ਪੁੱਛੋ ਮੈਨੂੰ ਨਹੀਂ ਪਤਾ ਇਹਦੇ ਬਾਰੇ ਦੇ ਵਿੱਚ ਕੋਈ ਵੀ ਉੱਥੋਂ ਦੇ ਕੌਂਸਲਰ ਨੂੰ ਪੁੱਛੋ ਇਹ ਹੈ ਉਹ ਕਾਰਵਾਈ ਪੂਰੇ ਝੂਲੇ ਚੋਰੀ ਹੋਣ ਦੀ ਕਾਰਵਾਈ ਜਿਹੜੀ ਆ ਔਰ ਇਸ ਗੱਲ ਦੇ ਉੱਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਮੈਂ ਫਿਰ ਇਸ ਗੱਲ ਦੇ ਉੱਤੇ ਘੂਕ ਕੀਤੀ ਵੀ ਇਦਾਂ ਦਾ ਕਿਹੜਾ ਮਾਮਲਾ ਮੇਰੇ ਕੋਲ ਦੋ ਵੀਡੀਓ ਮੇਰੇ ਕੋਲ ਔਰ ਉਹ ਵੀਡੀਓ ਜਿਹੜੀਆਂ ਝੂਲੇ ਟਰਾਲੀ ਦੇ ਵਿੱਚੋਂ ਉਤਾਰਦਿਆਂ ਦੀ ਆ
और झूले उतारन दे विच आ मानयोग मेयर साहब आ देखो झूले लहा रहे आ, आ मेयर साहब खड़े आ लो जी आ ट्राली दे नाल खड़े आ देखो जी झूले उतरवा ये मैं स्क्रीनशॉट ले वीडियो मेरे को हैगी आ देखो झूले उतरवा रहे आ देखो जी झूले उतरवा रहे आ लो आ देखो उन्होंने कहना तो यह है कि मेरा तो कोई रोल ही नहीं है उत्थे एम सी देखने इस चीज़ यही गल उन्होंने कही आ हम रोल तो थोड़े सामने ही आोड़े सामने रोल आ और दूसरी गल ये जी वीडियो आदि जिस शख्स ने यह वीडियो बनाई आ वो शख्स शायद उन्होंने कमेटी का मैंबर है ज कौन है मैनू पता नहीं आवाज़ आ रही है जोड़ा वीडियो बनाने वाला और ये गल कह रहा सिफतों के पुल बन रहा कि साडे जेडे प्रधान जी ने इन का नाम लैके जेडे बीजेपी के सबका मेयर ने इन का नाम लैके भी हर रोज़ मंदिर में कोई ना कोई नवी चीज़ लैके आ रहे हैं तो अज ये झूले लैके आए आ और ये गल जी वीडियो कह रहे हैं भी जिदा कीड़ी छत पर तुरी जा दीवार से तुरी जाती है उन्हें यह नहीं दसना भी रंग किन्ना सोहना किया आ उन्हें यही दसना भी पलस्तर किन्ना साफ आ उन्हें यह दसना भी तेड़ कितने आई हुई है तो बनना जाके तेड़ दे तो ये रोल प्ले ना करिए तो निजी तकलीफ जी आप दबा एवें आप जरा नगर निगम के उत्ते प्रैशर बिल्ड कर रहे हैं भी मेरे ते कार्रवाई जो करूँगे मैं तो खिलाफ़ रोज़ बोलूँगा तो ये काम जरा लोगों गुमराह ना करो अपनी निजी तकलीफ नूं लोगों की तकलीफ ना दसो थोड़ी अपनी निजी तकलीफ उस गल नूं असीं समझदे हाँ जो किसी कार्रवाई होनी आ तकलीफ होनी आ उस गल नूं असीं समझदे हाँ देखो नंगल साहब तुसीं बहुत वधिया बंदे आ और तुसीं अगे भी आवाज़ उठाते रहे हैं गरीबों की अपना गरीब जनता की बहुत वधिया मैं पहले भी कहा सी तुसीं साडे नाल धरने लाते रहे हैं और अपोजिशन च रह के तुसीं सरकार के खिलाफ धरने लाते रहे हैं पर तुसी बार बार तुहानू इन्ना केड़ा तुहाडे मन दे विच गल बैठ गई आ शहर की बेटी ने केड़ी गल तुहाडे मन च बिठाती है जिहड़ी तुसी बार बार मैनू ही पुछ रहे आ मैं तुहानू पहला भी कहा सी भी जे मेरे नाल तुसी किसी ने गल करनी आ वो कमिश्नर मैडम जिहड़ी शहर की बेटी मेरे नाल गल करन क्यों मसला उन्होंने उठाया भी इत्थे कार पार्किंग दे विच गड्डी लगती है जी ये उत्थे झूले हुए आ जी ये इनक्रोचमेंट आ जी ये मसला तुहाडा नहीं हैगा मैं भी पब्लिक का वहाँ मैं पब्लिक की आवाज़ उठाना तुम भी पब्लिक के नुमाइंदे तुम्हें इदा की गल कि लगती है भी जी कमीशन ने बहुत वधिया कहती है भी मेयर के खिलाफ ही आनू सिर्फ मेयर ही लगता जे मैं जनता की आवाज़ उठाना मैं पब्लिक की आवाज़ उठाना जनता की आवाज़ उठाना तुम भी उठाते रहे अज की हो गया तुम जनता की क्यों नहीं आवाज़ उठा तुम 3200 वोट किने पाई सी जनता ने पाई सी दोबारा इलेक्शन लड़ के देख लो जो 3200 तो भी 500 भी नहीं वोट पैनी तुम जनता की आवाज उठाओ जनता के नाल खड़ो जनता जागरना असी जनता करके अपने वार्ड जीती दा हजार वोट जनता पाती है शहर की आवाज उठाओ गरीब परिवारों की आवाज उठाओ जिन्हां नाल धक्का हो रहा जिहड़े लिफाफे वाले उन्हां दी आवाज उठाओ 2000 पर्चियां दे कट के जांदे उन्हां दी आवाज उठाओ तुसीं पता नहीं की किहदी आवाज उठा रहे मैनूं तां तुहाडी समझ लगदी तुसीं सोच समझ के प्रैस कॉन्फ्रेंस करिया करो पहलां भी कीती आ मैं अज भी कहना जे मेरे नाल गल करनी मैं एक्स मेयर हाँ मेरे नाल कमिश्नर मैडम जी बैठ मैं उसके जवाब दूंगा मैं तुहानूं नहीं जवाब दे सकता तुसीं कहिंदे ठेका लिया उत्थे ठेका लिया तुसीं उत्थे कोई कार बेचण दा दसो कोई गड्डियां ठेका लिया तां दसो तुसीं कोई पार्क का झूलिया का ठेका लिया मैनूं दसो जां तुसीं शहर च करोचमेंट का कोई ठेका लिया फिर मेरे नाल गल करो मेरे नाल सिर्फ शहर की बेटी कमिश्नर गल करे।